ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮੁ ਅਲੈਕਮ ਅੱਜ ਦੇ ਪੰਜਾਬੀ ਵੀਲੌਗ ਚ ਸੱਜਣਾ ਮਿੱਤਰਾ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਅੱਜ ਅਸੀਂ ਕੋਈ ਦੋ ਤਿੰਨ ਨਹੀਂ ਬਲਕਿ ਪੰਜ ਸੱਤ ਗੱਲਾਂ ਤੇ ਚਾਨਣ ਪਾਉਣਾ ਹੈ ਇਸ ਲਈ ਨਿਸਰ ਕੇ ਬਹਿ ਜਾਓ ਤੇ ਵੀਲੌਗ ਪੂਰਾ ਸੁਣਿਓ ਪਹਿਲੀ ਗੱਲ ਜਿਹਦੇ ਤੇ ਚਾਨਣ ਪਾਉਣਾ ਹੈ ਉਹ ਹੈ ਈਰਾਨ ਨੇ ਜਿਹੜਾ ਇਸਰਾਈਲ ਤੇ ਤਤਾ ਤਤਾ ਮਜ਼ਾਇਲਾ ਨਾਲ ਹਮਲਾ ਕੀਤਾ ਉਹਦੀ ਗੱਲ ਕਰਨੀ ਹੈ ਤੁਹਾਨੂੰ ਪਤਾ ਹੀ ਹੈ ਵੀ ਦੋ ਤਿੰਨ ਦਿਨ ਪਹਿਲੇ ਈਰਾਨ ਨੇ ਇਸਰਾਈਲ ਦੇ ਉੱਤੇ ਆਪਣੇ ਮਜ਼ਾਇਲਾ ਨਾਲ ਹਮਲਾ ਕੀਤਾ ਕੁਝ ਮਿਜ਼ਾਈਲ ਤੇ ਈਰਾਨ ਦੇ ਉੱਤੇ ਅਪੜ ਗਏ ਤੇ ਕੁਝ ਜਿਹੜੇ ਹਵਾਜੀ ਤਬਾਹ ਕਰ ਦਿੱਤੇ ਇਸرائیਲ ਵਾਲਿਆਂ ਨੇ ਤੇ ਉਹਨਾਂ ਦੇ ਸੱਜਣਾ ਨੇ ਅੱਗੋਂ ਮਿਜ਼ਾਈਲ ਛੱਡੇ ਤੇ ਹਵਾਜੀ ਉਹਨਾਂ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਹੁਣ ਕਈ ਸੱਜਣਾ ਨੇ ਆਖਿਆ ਵੀ ਈਰਾਨ ਨੂੰ ਕੋਈ ਫਾਇਦਾ ਨਹੀਂ ਹੋਇਆ ਲੇਕਿਨ ਮੈਂ ਤੁਹਾਨੂੰ ਉਦੋਂ ਵੀ ਪੂਰੀ ਤਫਸੀਲਾਂ ਦੱਸਿਆ ਸੀ ਵੀ ਈਰਾਨ ਇਹ ਹੀ ਫਾਇਦਾ ਹਾਸਲ ਕਰਨਾ ਚਾਹੁੰਦਾ ਸੀ ਉਹ ਨਾ ਕਰ ਦਿੱਤਾ ਆਖਿਰ ਤੇ ਅਜ ਅਗਰ ਵਕਤ ਮਿਲਿਆ ਤੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਵੀ ਕਿਹੜਾ ਫਾਇਦਾ ਲੇਕਿਨ ਇਸ ਵੇਲੇ ਜਿਹੜਾ ਨੇ ਜਿਹੜੀ ਮੈਂ ਗੱਲ ਦੱਸਨੀ ਤੁਹਾਨੂੰ ਜਿਹੜੀ ਤੁਹਾਡੇ ਲਈ ਵੀ ਹੈਰਾਨਕੁਨ ਹੋਏਗੀ ਉਸ ਗੱਲ ਇੱਕ ਅਖਬਾਰ ਹੈ ਜਰੂਸਲਮ ਪੋਸਟ ਉਹਨਾਂ ਨੇ ਖਬਰੇ ਲਾਈ ਹੈ ਕਿ ਜੀ ਸਾਊਦੀ ਅਰਬ ਤੋਂ ਇਹ ਪਤਾ ਲੱਗਾ ਹੈ ਕਿ ਸਾਊਦੀ ਅਰਬ ਨੇ ਇਸ ਹਮਲੇ ਦੇ ਵਿੱਚ ਇਸਰਾਇਲ ਦਾ ਸਾਥ ਦਿੱਤਾ ਹੈ ਹਾਂਜੀ ਅਸੀਂ ਨਹੀਂ ਆਖਣ ਦੇ ਇਹ ਜਰੂਸਲਮ ਪੋਸਟ ਜਿਹੜੀ ਅਖਬਾਰ ਹੈ ਨਾ ਇਹ ਆਖਣ ਲਈ ਤੇ ਵੇਖ ਲਓ ਇਹ ਅਖਬਾਰ ਆਂਦੀ ਹੈ ਜ ਜਿਸਨ ਤੁਹਾਨੂੰ ਅਸੀਂ ਹੁਣ ਨਕਸ਼ਾ ਵੀ ਵਿਖਾਉਨੇ ਆ ਇਹ ਨਕਸ਼ਾ ਵੇਖੋ ਵੀ ਈਰਾਨ ਜਿਸ ਵਲੇ ਮਜ਼ਾਇਲ ਛੱਡੇਗਾ ਨਾ ਤੇ ਉਹ ਮਜ਼ਾਇਲ ਜਿਹੜਾ ਉਹ ਸਿੱਧਾ ਨਹੀਂ ਜਾ ਸਕਦਾ ਇਸਰਾਇਲ ਉਹ ਮਜ਼ਾਇਲ ਉੱਡ ਕੇ ਜਾਣਾ ਉੱਤੋਂ ਦੀ ਸਾਊਦੀ ਅਰਬ ਤੇ ਫੇਰ ਉਸ ਤੋਂ ਬਾਅਦ ੳਰਦਨ ਤੇ ਫੇਰ ਉਹ ਇਸرائیਲ ਅਪੜਨਾ ਹੈ ਤੇ ਇਹ ਖ਼ਬਰ ਇਹ ਆਂਦਾ ਹੈ ਕਿ ਸਾਊਦੀ ਅਰਬ ਤੋਂ ਇੱਕ ਕਨਫਰਮ ਹੋਇਆ ਹੈ ਕਿ ਜਿਸ ਵਲੇ ਮਜ਼ਾਇਲ ਸਾਊਦੀ ਅਰਬ ਦੇ ਉੱਤੋਂ ਦੀ ਉੱਡਦਾ ਗਿਆ ਹੈ ਨਾ ਤੇ ਸਾਊਦੀ ਅਰਬ ਵਾਲਿਆਂ ਨੇ ਉਹਨੂੰ ਉੱਥੇ ਹੀ ਹਵਾ ਦੇ ਵਿੱਚ ਸਾਊਦੀ ਅਰਬ ਵਾਲਿਆਂ ਦਾ ਜਿਹੜਾ ਮਜ਼ਾਇਲਾਂ ਦਾ ਸਿਸਟਮ ਹੈ ਉਹਨਾਂ ਨੇ ਉਹਨੂੰ ਚਲਾਇਆ ਤੇ ਉੱਥੇ ਹਵਾ ਦੇ ਵਿੱਚ ਹੀ ਉਹਨਾਂ ਮਜ਼ਾਇਲਾਂ ਨੂੰ ਮਜ਼ਾਇਲ ਮਾਰ ਕੇ ਤੇ ਉੱਥੇ ਹੀ ਉਹਨਾਂ ਨੂੰ ਤਬਾਹ ਕਰ ਦਿੱਤਾ ਹੈ ਇਸ ਲਈ ਕਈ ਸਾਰੇ ਮਜ਼ਾਇਲ ਜਿਹੜੇ ਈਰਾਨ ਨੇ ਛੱਡੇ ਉਹ ਸਾਊਦੀ ਅਰਬ ਨੇ ਤਬਾਹ ਕਰ ਦਿੱਤੇ ਤੇ ਕੁਝ ਅਗਲੇ ਪਾਸੇ ਜਿਹੜੇ ਉਹ ੳਰਦਨ ਨੇ ਤਬਾਹ ਕਰ ਦਿੱਤੇ ਇਹਨੂੰ ਜਾਰਡਨ ਆਖਦੇ ਨੇ ਅੰਗਰੇਜ਼ੀ ਚ ਉਹ ਉਰਦਨ ਨੇ ਤਬਾਹ ਕਰ ਦਿੱਤੇ ਤੇ ਫਿਰ ਕੁਝ ਜਿਹੜੇ ਨੇ ਅੱਗੇ ਇਜ਼ਰਾਈਲ ਵਾਲਿਆਂ ਨੇ ਆਪ ਤਬਾਹ ਕਰ ਲਏ ਜਿਸ ਵੇਲੇ ਉੱਥੇ ਪਹੁੰਚੇ ਤੇ ਕੁਝ ਜਾ ਕੇ ਜ਼ਮੀਨ ਤੇ ਡਿਗੇ ਤੇ ਇਹ ਦੋਵੇਂ ਤੁਹਾਨੂੰ ਪਤਾ ਹੈ ਕਿ ਮੁਸਲਮਾਨ ਮੁਲਕ ਨੇ ਰਾਤ ਦੇ ਵਿੱਚ ਸਾਊਦੀ ਅਰਬ ਵੀ ਤੇ ਉਰਦਨ ਵੀ ਤੇ ਇਹਨਾਂ ਦੋਵਾਂ ਨੇ ਈਰਾਨ ਦੇ ਜਿਹੜੇ ਨੇ ਉਹ ਮਜ਼ਾਇਲ ਰਾਹ ਦੇ ਵਿੱਚ ਉਹ ਜਿਹੜੇ ਤਬਾਹ ਕਰ ਦਿੱਤੇ ਤੇ ਇਹ ਖਬਰ ਮੈਂ ਤੁਹਾਨੂੰ ਦੱਸਿਆ ਕਿ ਇੱਕ ਬੜੇ ਵੱਡੇ ਖ਼ਬਰ ਚ ਆਈ ਹੈ ਤੇ ਤੁਹਾਡੇ ਨਾਲ ਇਹ ਸ਼ੇਅਰ ਕੀਤੀ ਹੈ ਸਾਡੇ ਲਈ ਵੀ ਹੈਰਾਨ ਕਰਨ ਵਾਲੀ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਤੇ ਪਤਾ ਹੈ ਕਿ ਇਰਾਨ ਤੇ ਸਾਊਦੀ ਅਰਬ ਦੀ ਆਪਚ ਨਹੀਂ ਬਣਦੀ ਲੇਕਿਨ ਏਡੀ ਮੁਖਾਲਫਤ ਹੋ ਜੇਗੀ ਕਿ ਇਹ ਉਹਨਾਂ ਦਾ ਸਾਥ ਦੇ ਦੇਣਗੇ ਮਤਲਬ ਇਸرائیਲ ਵਾਲੇ ਦਾ ਇਹ ਸਾਨੂੰ ਵੀ ਕੋਈ ਨਹੀਂ ਸੀ ਪਤਾ ਇਸ ਖਬਰ ਨੂੰ ਮਜ਼ੀਦ ਅਸੀਂ ਇਹਦੀ ਛਾਣਬੀਨ ਕਰਾਂਗੇ ਤੇ ਇਹਦੇ ਵਿੱਚੋਂ ਜਿਹੜੀ ਵੀ ਖਬਰ ਲੱਭੀ ਵੀ ਕਿੰਨੇ ਮਜ਼ਾਇਲ 사우ਦੀ ਅਰਬ ਨੇ ਤਬਾਹ ਕੀਤੇ ਨੇ ਜਾਂ ਉੱਥੇ ਕੀ ਹੋਇਆ ਜਾਂ ਕੀ ਇਸਰਾਇਲ ਨੇ ਆਖਿਆ ਸੀ ਇਹਨਾਂ ਨੂੰ ਜਾਂ ਇਹਨਾਂ ਨੇ ਆਪਣੇ ਤੌਰ ਤੇ ਕੀਤੇ ਨੇ ਜਾਂ ਕੀ ਮਾਮਲਾਤ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਮਜ਼ੀਦ ਅਗਲੇ ਵੀਲਾਜ ਦੇ ਵਿੱਚ ਚਾਨਣ ਪਾਵਾਂਗੇ ਲੇਕਿਨ ਸਾਡੇ ਆਸਤੇ ਵੀ ਜਿਵੇਂ ਤੁਹਾਡੇ ਆਸਤੇ ਤਕਲੀਫ ਦੀ ਗੱਲ ਹੈ ਓਵੇਂ ਸਾਡੇ ਆਸਤੇ ਵੀ ਗੱਲ ਹੈ ਕਿ ਇੱਕ ਮੁਸਲਮਾਨ ਮੁਲਕ ਜਿਹੜਾ ਉਹਨੇ ਦੂਜੇ ਮੁਸਲਮਾਨ ਮੁਲਕ ਦਾ ਸਾਥ ਨਹੀਂ ਦਿੱਤਾ ਅਚਾ ਜਿਹੜੀ ਮੈਂ ਗੱਲ ਆਖੀ ਸੀ ਵੀ ਤੁਹਾਨੂੰ ਮੈਂ ਦੱਸਾਂਗਾ ਵੀ ਈਰਾਨ ਨੂੰ ਇਤੋਂ ਫਾਇਦਾ ਕਿਉਂ ਹੈ ਈਰਾਨ ਨੂੰ ਜਿਹੜਾ ਫਾਇਦਾ ਹੋਇਆ ਨਾ ਅਸਲ ਉਹ ਇਹ ਹੋਇਆ ਕਿ ਇੱਕ ਜਿਹੜਾ ਹੁੰਦਾ ਨੇ ਇੱਕ ਬੰਦੇ ਨੇ ਇੱਕ ਆਪਣਾ ਸ਼ਬਸ਼ਬਾ ਬਣਾਇਆ ਹੁੰਦਾ ਵੀ ਮੇਰਾ ਜਿਹੜਾ ਦਫਾ ਹੈ ਡਿਫੈਂਸ ਹੈ ਬੜਾ ਮਜ਼ਬੂਤ ਹੈ ਇਸ ਡਰ ਤੋਂ ਵੀ ਕਈ ਵਾਰੀ ਬੰਦੇ ਜਿਹੜੇ ਨਾ ਉਹ ਹਮਲਾ ਨਹੀਂ ਕਰਦੇ ਜਿਹੜੇ ਇਸ ਵੇਲੇ ਇਸرائیਲੀ ਅਖਬਾਰ ਨੇ ਨਾ ਉਹ ਲਿਖਦੇ ਨੇ ਵੀ ਉਹ ਜਿਹੜਾ ਸਾਡਾ ਦਬਦਬਾ ਤੇ ਸ਼ਬਸ਼ਬਾ ਸੀ ਨਾ ਉਹ ਸਾਰਾ ਮਕਾ ਦਿੱਤਾ ਇਰਾਨ ਨੇ ਹੁਣ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਏਡੀ ਗੱਲ ਵੀ ਕੋਈ ਨਹੀਂ ਜੇ ਇਰਾਨ ਨੇ ਤੇ ਚਾਰੋਂ ਪਾਸੇ ਛੱਡੇ ਨੇ ਕੋਈ ਇੱਕ ਪਾਸੇ ਵੀ ਛੱਡੇ ਤੇ ਹੱਠ ਹਟ ਕੇ ਮਜ਼ਾਇਲ ਛੱਡੇ ਤੇ ਸਾਡੇ ਤੇ ਆ ਕੇ ਡਿਗਣਗੇ ਤੇ ਉਹਨਾਂ ਦੇ ਸ਼ਹਿਰੀ ਵੀ ਪੈਨਿਕ ਹੋ ਗਏ ਨੇ ਉਹਨਾਂ ਦੀ ਜ਼ਾਇਰ ਫੌਜ ਵੀ ਪੈਨਿਕ ਹੋ ਗਈ ਤੇ ਬਾਹਰ ਜਿਹੜੇ ਇਨਵੈਸਟਰ ਨੇ ਉਹ ਵੀ ਪੈਨਿਕ ਹੋ ਗਏ ਤੇ ਈਰਾਨ ਇਹ ਹੀ ਕਰਨਾ ਚਾਹੁੰਦਾ ਸੀ ਇੱਕ ਜ਼ਰਾ ਇੱਕ ਵਾਰੀ ਜ਼ਰਾ ਹਲਾਜ ਲਾ ਕੇ ਦੱਸਣਾ ਚਾਹੁੰਦਾ ਸੀ ਕਿ ਭਈ ਅਸੀਂ ਇਹ ਚਾਹੀਏ ਤੇ ਅਪੜਾਵਾਂਗੇ ਉਹ ਜੰਗ ਉਹਨਾਂ ਨਾਲ ਕਰਨਾ ਨਹੀਂ ਚਾਹੁੰਦੇ ਇਸ ਵੇਲੇ ਉਹਨਾਂ ਦੇ ਬਾਰੇ 'ਚ ਨਹੀਂ ਵੀ ਪੂਰੀ ਦੁਨੀਆ ਨੇ ਤੇ ਯੂਰਪ ਅਮਰੀਕਾ ਨੇ ਤੇ ਰਲ ਕੇ ਈਰਾਨ ਨੂੰ ਈਰਾਨ ਦੇ ਗਲ ਪੈ ਜਾਣਾ ਤੇ ਈਰਾਨ ਇਸ ਵੇਲੇ ਜੰਗ ਚਾਹੁੰਦਾ ਨਹੀਂ ਤੇ ਇਸ ਵੇਲੇ ਜਿਹੜਾ ਈਰਾਨ ਦਾ ਮਕਸਦ ਸੀ ਉਹ ਮੇਰੇ ਖਿਆਲ 'ਚ ਮੇਰੀ ਜਿੰਨੀ ਕ ਘਾਟ ਅਕਲ ਹੈ ਉਹਦੇ ਮੁਤਾਬਕ ਈਰਾਨ ਨੂੰ ਇਹਦੇ 'ਚ ਬੜਾ ਫਾਇਦਾ ਹੋਇਆ ਤੇ ਇਜ਼ਰਾਈ ਇਸਰਾਇਲ ਦੀ ਜਿਹੜੀ ਆਪਣੀ ਜਿਹੜੀਆਂ ਉਹਨਾਂ ਦੀਆਂ ਖ਼ਬਰਾਂ ਨੇ ਉਹ ਵੀ ਇਹੀ ਗੱਲਾਂ ਲਿਖ ਰਏ ਨੇ ਹੁਣ ਆਉਣੇ ਜੀ ਅਗਲੀ ਖ਼ਬਰ ਵਾਲੇ ਪਾਸੇ ਲੇਕਿਨ ਅਗਲੀ ਖ਼ਬਰ ਜਿਹੜੀ ਜੇ ਤੇ ਨਾਲ ਕੋਈ ਜਵਾਕ ਬੈਠੇ ਜਿਨਾਂ ਜਾਂ ਅਜਾਣੇ ਬੈਠੇ ਜੇ ਤੇ ਫੇਰ ਅਗਲੀ ਖ਼ਬਰ ਉਹਨਾਂ ਨਾਲ ਬਹਿ ਕੇ ਨਾ ਸੁਣੋ ਖ਼ਬਰ ਇਹੋ ਜੀ ਹੈ ਜਵਾਕਾਂ ਦੇ ਸਾਹਮਣੇ ਕਰਨ ਵਾਲੀ ਨਹੀਂ ਤੇ ਉਹ ਖ਼ਬਰ ਜਦੋਂ ਮੁੱਕੇਗੀ ਤੇ ਮੈਂ ਤੁਹਾਨੂੰ ਦੱਸ ਦਿਆਂਗਾ ਦੱਸਾਂਗਾ ਕਿਵੇਂ ਇਹ ਮੋਤਲ ਇੱਥੇ ਰੱਖ ਛੜੀ ਹੈ ਇਹ ਹੁਣ ਜਦੋਂ ਤੱਕ ਇਹ ਖ਼ਬਰ ਚੱਲੇਗੀ ਅਗਲੀ ਉਦੋਂ ਤੱਕ ਇਹ ਬੋਤਲ ਇੱਥੇ ਰਹੇਗੀ ਤੇ ਜੇ ਇਸ ਵੇਲੇ ਖਬਰ ਕਿਉਂਕਿ ਤੁਸੀਂ ਮਿਊਟ ਵੀ ਕਰ ਸਕਦੇ ਹੋ ਨਾ ਦੀ ਆਵਾਜ਼ ਵੀ ਬੰਦ ਕਰ ਸਕਦੇ ਹੋ ਤੇ ਜੇ ਇਸ ਵੇਲੇ ਖਬਰ ਮੁੱਕ ਜੇਗੀ ਤੇ ਉਸ ਵੇਲੇ ਮੈਂ ਬੋਤਲ ਚੁੱਕ ਕੇ ਪਾਸੇ ਤੇ ਰੱਖ ਦਿਆਂਗਾ ਤਾਂ ਕਿ ਤੁਸੀਂ ਦੁਬਾਰਾ ਅਨਮਿਊਟ ਕਰ ਲੋ ਤੇ ਅਗਰੀ ਖਬਰ ਸੁਣ ਲਓ ਇਹ ਖਬਰ ਦੇ ਵਿੱਚ ਬੱਚਿਆਂ ਨੂੰ ਮਿਹਰਬਾਨੀ ਕਰਕੇ ਪਾਸੇ ਤੇ ਰੱਖੋ ਅੱਛਾ ਜੀ ਖਬਰ ਇਹ ਜੇ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਤੋਂ ਚੰਦ ਦਿਨ ਪਹਿਲਾਂ ਇੱਕ ਖਬਰ ਆਈ ਕਿ ਇੱਕ ਬੱਚੇ ਦੇ ਨਾਲ ਇੱਕ ਮੌਲਵੀ ਸਾਹਿਬ ਨੇ ਜ਼ਿਆਤੀ ਕਰ ਦਿੱਤੀ ਔਰ ਉਹ ਖਬਰ ਬੜੀ ਟੈਲੀਵਿਜ਼ਨ ਤੇ ਵੀ ਚੱਲੀ ਹਰ ਥਾਂ ਤੇ ਚੱਲੀ ਤੇ ਉਹਦਾ ਕੇਸ ਵੀ ਬਣ ਗਿਆ ਤੇ ਹੁਣ ਜਿਹੜਾ ਮੈਂ ਤੋ ਗੱਲਾਂ ਤੁਹਾਨੂੰ ਨਹੀਂ ਕਹਿ ਸਕਦਾ ਕਿਉਂਕਿ ਮੇਰੀ ਤੇ ਹਿੰਮਤ ਨਹੀਂ ਪਰ ਉਹ ਮੈਂ ਮੀਆਂ ਦਾਊਦ ਸਾਹਿਬ ਨੂੰ ਜਾਣਦਾ ਹਾਂ ਲਾ ਕਿ ਉਹਨਾਂ ਦਾ ਉਸਤਾਦ ਅੱਛਾ ਹੈ ਜਿਸ ਤੋਂ ਉਹਨਾਂ ਨੇ ਵਕਾਲਤ ਸਿੱਖੀ ਹੈ ਲੇਕਿਨ ਇਹ ਕੇਸ ਤੇ ਉਹਨਾਂ ਨੂੰ ਪਹਿਲਾਂ ਮੇਰੇ ਖਿਆਲ ਚ ਲੈਣਾ ਹੀ ਨਹੀਂ ਚਾਹੀਦਾ ਬਾਹਰੋਂ ਨਾਲ ਲਿਆ ਤੇ ਜਿਹੜੀ ਇਸ ਕੇਸ ਦੇ ਉੱਤੇ ਉਹਨਾਂ ਨੇ ਅੱਗੋਂ ਆਪਣਾ ਡਿਫੈਂਸ ਪੇਸ਼ ਕੀਤਾ ਹੈ ਨਾ ਉਹ ਮੌਲਵੀ ਸਾਹਿਬ ਵੱਲੋਂ ਲੜ ਰਹੇ ਨੇ ਕੇਸ ਤੇ ਆਂਦੇ ਨੇ ਉਹ ਬੇਗਨਾ ਨੇ ਉਹਨਾਂ ਬੱਚੇ ਨਾਲ ਜ਼ਿਆਤੀ ਨਹੀਂ ਕੀਤੀ ਤੇ ਉਹ ਜਿਹੜੀ ਉਹ ਗੱਲ ਕਰ ਰਹੇ ਨੇ ਨਾ ਉਹ ਮੇਰੀ ਸਮਝੋਂ ਵੀ ਬਾਹਰ ਹੈ ਤੇ ਉਹ ਮੇਰੀ ਸੋਚ ਤੋਂ ਵੀ ਬਾਹਰ ਹੈ ਕਿ ਇਹੋ ਜਿਹੇ ਇਲਜ਼ਾਮ ਕੋਈ ਲਾ ਦੇ ਵੀ ਇਹ ਕੰਮ ਪੁਲਿਸ ਨੇ ਕੀਤਾ ਅਸੀਂ ਹਰ ਵੇਲੇ ਪੁਲਿਸ ਨੂੰ ਜਿਹੜਾ ਨਾ ਉਹ ਲਿੱਤਰ ਪੌਲਾ ਕਰਨੇ ਉਹਨਾਂ ਦੇ ਭੜੇ ਕੰਮਾਂ ਤੇ ਔਰ ਮੈਂ ਅੱਗੋਂ ਵੀ ਖਬਰਾਂ ਐਸੀਆਂ ਆਏ ਨੇ ਜਿਹੜੀਆਂ ਪੁਲਿਸ ਵਾਲਿਆਂ ਦੇ ਖਿਲਾਫ ਨੇ ਉਹ ਵੀ ਤੁਹਾਨੂੰ ਦੇਣੀਆਂ ਨੇ ਲੇਕਿਨ ਇਹ ਗੱਲ ਜਿਹੜੀ ਉਹਨਾਂ ਮੀਆਂ ਦੌਦ ਸਾਹਿਬ ਕੀਤੀ ਹੈ ਤੇ ਮੇਰੇ ਵੀ ਉੱਤੋਂ ਦੀ ਨੰਗਈ ਹੈ تے تجزیہ کرتا ہوں کاری ابو بکر کا جو موقف ہے وہ صفائی مسل کے اوپر آنا بہت ضروری ہے ملزم کا یہ موقف ہے کہ اس کو جب اگوا کر کے لائے گیا تو تھانا شادرہ کے اندر زبردستی اس کے ساتھ کر کے اس کو نشاور چیزیں کھلائیں گئی اور پھر اس کے آرٹیفیشل طریقے سے سپرمز جو ہیں وہ نکلوائے گئے تاکہ اس کی ایویڈنس کریٹ کی جا سکے وہ سپرمز جو ہیں وہ ابو بکر معاویہ صاحب کے کپڑوں کے ساتھ لگائے گئے پولیس نے خود لگائے اور پھر وہی سپرمز جو ہیں وہ پولیس نے اس بچے کے کپڑوں کے اوپر لگائے تاکہ یہ کہانی بنائی جا سکے کہ ابو بکر معاویہ صاحب نے جو ہے شادرہ لاہور شادرا کے علاقے میں جہاں کبھی زندگی میں ابو بکر معاویہ صاحب نہیں آئے وہاں رات کو سپہری کے سہری کے وقت تین بجے قبرستان میں جا کے ایک بچے کے ساتھ جو ہے وہ بدفیلی کی ਸੁਣ ਲਿਆ ਜੀ ਵਕੀਲ ਸਾਹਿਬ ਕਹਿੰਦੇ ਨੇ ਵੀ ਇਹ ਸਾਰਾ ਕੰਮ ਪੁਲਿਸ ਨੇ ਕੀਤਾ ਹੁਣ ਮੈਨੂੰ ਦੱਸੋ ਮੈਂ ਇਹਦੇ ਤੇ ਕੀ ਤਜੀਆ ਕਰਾਂ ਮੈਂ ਮੇਰੇ ਤੇ ਕੰਨ ਵੀ ਬੰਦ ਨੇ ਤੇ ਮੂੰਹ ਵੀ ਬੰਦ ਹੈ ਤੇ ਜ਼ੁਬਾਨ ਵੀ ਬੰਦ ਹੈ ਇਹ ਤਜੀਆ ਮੈਂ ਤੇ ਨਹੀਂ ਕਰ ਸਕਦਾ ਤੇ ਮੀਆਂ ਦਾਊਦ ਸਾਹਿਬ ਹੀ ਕਰ ਸਕਦੇ ਸਨ ਤੇ ਇਹ ਡਿਫੈਂਸ ਉਹ ਹੀ ਦੇ ਸਕਦੇ ਨੇ ਤੇ ਮੈਂ ਇਹ ਆਖਾਂਗਾ ਵੀ ਬੱਲੇਓ ਸ਼ੇਰ ਬਗਿਆ ਤੇਰੇ ਤੇ ਵੀ ਕੁਰਬਾਨ ਹੈ ਤੂੰ ਕੋ ਹੋਰ ਕੇਸ ਮੇਰਾ ਵੀਰ ਲੈ ਲੈਂਦਾ ਇਹ ਕੇਸ ਸਾਰੇ ਇਸਟੈਬਲਿਸ਼ਮੈਂਟ ਦੇ ਕੇਸ ਤੇਰੇ ਕੋਲ ਨੇ ਸਾਰੇ ਜੱਜਾਂ ਦੇ ਖਿਲਾਫ ਜਿਹੜਾ ਖਲੋਂਦਾ ਇਸ ਵੇਲੇ ਕੂੰਦਾ ਆਵਾਜ਼ ਕੱਢਦਾ ਉਹਨਾਂ ਦੇ ਕੇਸ ਤੇਰੇ ਕੋਲ ਦੇ ਬੱਚੇ ਨਾਲ ਜ਼ਿਆਤੀ ਵਾਲਾ ਕੇਸ ਤੂੰ ਜ਼ਰੂਰ ਲੈਣਾ ਸੀ ਇਹ ਹੁਣ ਖਬਰ ਗਈ ਜੇ ਇੱਥੇ ਮੁੱਕ ਤੇ ਅਗਲੀ ਖਬਰ ਵਾਲੇ ਪਾਸੇ ਤੁਰਨੇ ਤੇ ਆ ਮੈਂ ਬੋਤਲ ਇਸ ਪਾਸੇ ਰੱਖ ਦਿੱਤੀ ਜੇ ਅੱਛਾ ਜੀ ਅਗਲੀ ਖਬਰ ਹੈ ਕਿ ਬਾਜੀ ਮਰੀਮ ਛੁੱਟੀਆਂ ਮਨਾਣ ਗਈ ਹੋਈ ਸੀ ਜੀ ਆਪਣਾ ਮਰੀ ਤੇ ਉਹ ਤੁਹਾਨੂੰ ਪ੍ਰੋਟੋਕੋਲ ਦਿਖਾਇਆ ਸੀ ਅਸੀਂ ਕਿ ਦਰਜਣਾ ਗੱਡੀਆਂ ਸਨ ਤੇ ਛੁੱਟੀਆਂ ਤੋਂ ਬਾਅਦ ਇਹ ਜਿਹੜੇ ਨਾ ਅਕਸਰ ਹੁਕਮਰਾਨਾਂ ਨੂੰ ਇਹ ਸ਼ੌਕ ਹੈ ਜਿਹਨੂੰ ਛੁੱਟੀਆਂ ਮਨਾਣ ਜਾਂਦੇ ਉੱਥੇ ਕਾਰਵਾਈਆਂ ਪਾਉਂਦੇ ਨੇ ਜਿੱਥੇ ਜਾਂਦੇ ਨੇ ਔਰ ਬਸ ਦੱਸਣ ਲਈ ਵੀ ਅਸੀਂ ਮਸਰੂਫ ਐ ਆਪਣਾ ਕੀ ਕਹਿੰਦੇ ਨੇ ਟਕੇ ਦੀ ਆਮਦਨ ਨਹੀਂ ਤੇ ਮਿੰਟ ਦਾ ਵੇਲ ਨਹੀਂ ਹੋ ਇਹਨਾਂ ਦਾ ਹਾਲ ਹੈ ਤੇ ਬਾਜੀ ਨੇ ਆਉਂਦੇ ਆਉਂਦੇ ਆਖਿਆ ਵੀ ਮੈਂ ਬਾਰਿਸ਼ ਹੋ ਰਹੀ ਸੀ ਬੜੀ ਤੇ ਮੈਂ ਤੇ ਪਿੰਡੀ ਦੇ ਵਿੱਚ ਨਾ ਕਿਸੇ ਸਕੂਲੇ ਜਾਣਾ ਬਾਜੀ ਨੂੰ ਇਹ ਲੱਗਦਾ ਵੀ ਸਕੂਲੇ ਜਾਣ ਨਾ ਬੰਦਾ ਇਮਰਾਨ ਖਾਨ ਬਣ ਜਾਂਦਾ ਹੈ ਤਿਆ ਤੁਹਾਨੂੰ ਅਸੀਂ ਵੀਡੀਓ ਤੁਹਾਡੇ ਸਾਹਮਣੇ ਜਾਂ ਤਸਵੀਰਾਂ ਰੱਖ ਰਹੇ ਵੀ ਵੇਖੋ ਕਿਵੇਂ ਵਿਚਾਰਾ ਇੱਕ ਖਾਕਰੂਪ ਜਿਹੜਾ ਹੈ ਸਵੀਪਰ ਜਿਹੜਾ ਉਹ ਕਿਵੇਂ ਅੱਗੇ-ਅੱਗੇ ਭੱਜ ਰਿਹਾ ਝਾੜੂ ਲੈ ਕੇ ਬਾਰਿਸ਼ ਦੇ ਵਿੱਚ ਉਹ ਉਹੀ ਟਾਇਰ ਬਚਾ ਰਿਹਾ ਵੈਸੇ ਕਰ ਤੇ ਠੀਕ ਰਿਹਾ ਵੀ ਉਧਰ ਪਈਆਂ ਦੇ ਇਹ ਖਾਕਰੂਪ ਨੇ ਜਿਹੜੀ ਦਿੱਤੀ ਹੈ ਵਿਚਾਰੇ ਨੇ ਸਵੀਪਰ ਨੇ ਜਿਹੜਾ ਟੈਕਸ ਦਿੱਤਾ ਹੈ ਉਧਰ ਪਈਆਂ ਦੇ ਇਹ 2 ਕਰੋੜ ਤੇ 73 ਲੱਖ ਦੇ ਟਾਇਰ ਆਏ ਨੇ ਗੱਡੀ ਦੇ ਤੇ ਖੁਰੇ ਉਹਨਾਂ ਨੂੰ ਬਚਾਉਂਦਾ ਫਿਰਦਾ ਵਿਚਾਰਾ ਕੋਈ ਗਾਰਾ-ਗਾਰਾ ਸਾਫ਼ ਕਰਦਾ ਕੁਝ ਸ਼ਰਮ ਕਰੋ ਹਕਮਰਾਨੋ ਕੋਜਿਆ ਕਰੋ ਇਹ ਗਰੀਬ ਵੀ ਕਿਸੇ ਮਾਂ ਦੇ ਬੱਚੇ ਜਿਹਨਾਂ ਨਾਲ ਹੀ ਕਰਦੇ ਜੇ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਲਾਹੌਰ ਦੇ ਵਿੱਚ ਪਹਿਲਾਂ ਤੇ ਫੈਸਲਾਬਾਦ ਹੋਇਆ ਸੀ ਚੰਦ ਦਿਨ ਪਹਿਲਾਂ ਹੁਣ ਲਾਹੌਰ ਦੇ ਵਿੱਚ ਡੋਰ ਫਿਰ ਕੇ ਤੇ ਇੱਕ ਹੋਰ ਨੌਜਵਾਨ ਜਿਹੜਾ ਹੈ ਨਾ ਉਹ ਉਹਦੀ ਜਾਨ ਚਲੀ ਗਈ ਉਹਦਾ ਗਾਟਾ ਵਧਿਆ ਗਿਆ ਮੈਂ ਜਾਣ ਕੇ ਗਾਟਾ ਆਖਿਆ ਤਾਂ ਕਿ ਤੁਹਾਨੂੰ ਅਹਿਸਾਸ ਹੋਵੇ ਤੇ ਤਸਵੀਰਾਂ ਇਸ ਤੋਂ ਨਹੀਂ ਬਖਾਰੇ ਪਿਓ ਦੇ ਜਲਾਉ ਲਾਉ ਸੀ ਉਹ ਉਹ ਜਿਹੜੇ ਪਤੰਗ ੜਾਉਂਦੇ ਨੇ ਇਹਨਾਂ ਦਾ ਕੋਈ ਲਿੱਤਰ ਪੌਲਾ ਕਰੋ ਕੋਈ ਸ਼ਰਮ ਕਰੋ ਕੋ ਹਯਾ ਕਰੋ ਲੋਕਾਂ ਦੇ ਜਵਾਨ ਬੱਚਿਆਂ ਦੀਆਂ ਜ਼ਿੰਦਗੀਆਂ ਲੈਂਦੇ ਜੇ ਮੋਟਰਸਾਈਕਲ ਤੇ ਔਰਤਾਂ ਬੈਂਦੀਆਂ ਨੇ ਬੱਚੇ ਬੈਂਦੇ ਨੇ ਜਵਾਨ ਬੈਂਦੇ ਨੇ ਸਾਰੇ ਬਜ਼ੁਰਗ ਬੈਂਦੇ ਨੇ ਇਹ ਕਿਹੜਾ ਸ਼ੌਕ ਹੈ ਪਤੰਗਬਾਜ਼ੀ ਦਾ ਤੇ ਡੋਰ ਦਾ ਇਹਨੂੰ ਬੰਦ ਕਰੋ ਤੇ ਇਹ ਜਿਹੜਾ ਤੁਹਾਡੇ ਲਾਗੇ ਜਾ ਕੇ ਕਰਦਾ ਉਹਨੂੰ ਵੀ ਸਮਝਾਓ ਇਹ ਨਾ ਕੰਮ ਕਰੋ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਰੱਖਣੀ ਹੈ ਮੋਸਨ ਚੀਮਾ ਸਾਹਿਬ ਨੇ ਇੱਕ ਸਵਾਲ ਕੀਤਾ ਹੈ ਆਰਮੀ ਚੀਫ ਕੋ ਆਰਮੀ ਚੀਫ ਸਾਹਿਬ ਵੀਡੀਓ ਆਈ ਸੀ 2-4 ਦਿਨ ਪਹਿਲਾਂ ਉਹਦੇ ਚ ਉਹਨਾਂ ਆਖਿਆ ਸੀ ਕਿ ਇਹ ਜਿਹੜੀ ਫੋਰਸ ਹੈ ਫੌਜ ਦੀ ਤੇ ਪੁਲਿਸ ਦੀ ਸਾਰੀ ਪਾਕਿਸਤਾਨ ਦੀ ਇਹ ਇਸਲਾਮ ਦੀ ਫੋਰਸ ਹੈ ਤੇ ਸਾਰੇ ਕੰਮ ਅਸੀਂ ਜਿਹੜੇ ਹਨ ਉਹ ਇਸਲਾਮ ਦੇ ਮੁਤਾਬਕ ਕਰਨੇ ਹਨ ਹਾਂਜੀ ਤੇ ਉਹ ਮੋਸਨ ਚੀਮਾ ਸਾਹਿਬ ਨੇ ਪੁੱਛਿਆ ਆਪ ਵੀ ਜਨਾਬੇ ਆਲੀ ਆਰਮੀ ਚੀਫ ਕੋਲ ਉਹਨਾਂ ਸਵਾਲ ਕੀਤਾ ਉਹਨਾਂ ਕਹਿੰਦੇ ਆ ਜਿਹੜੇ ਫਾਰਮ 45 ਤੇ ਫਿਰ 47 ਝੂਠੇ ਕੱਢ ਕੇ ਲੋਕਾਂ ਨੂੰ ਦਿਖਾਇਆ ਜੇ ਇਹ ਵੀ ਕੋਈ ਇਸਲਾਮ ਦੇ ਮੁਤਾਬਕ ਹੀ ਕੰਮ ਹੋਇਆ ਹੈ ਜਾਂ ਉਹਨਾਂ ਦੱਸਿਆ ਵੀ ਇਹ ਪਾਕਿਸਤਾਨ ਦੇ ਵਿੱਚ ਜਿਵੇਂ ਜ਼ਰਾਨੀਆਂ ਨੂੰ 9 ਮਈ ਦੇ ਵਿੱਚ ਝੂਠਾ ਫਸਾ ਕੇ ਤੇ ਉਹਨਾਂ ਤੇ ਪਰਚੇ ਦੇ ਕੇ ਤੇ ਉਹਨਾਂ ਨੂੰ ਸਾਲ-ਸਾਲ ਜੇਲ੍ਹਾਂ 'ਚ ਰੱਖਿਆ ਲੋਕਾਂ ਦੀਆਂ ਧੀਆਂ ਪੈਣਾ ਮਾਵਾਂ ਬੱਚੀਆਂ ਨੂੰ ਇਹ ਵੀ ਇਸਲਾਮ ਦੇ ਮੁਤਾਬਕ ਹੀ ਹੋਇਆ ਹੈ ਤੇ ਇਹ ਜਿਹੜਾ ਜ਼ਿਲੇ ਸ਼ਾਹ ਨੂੰ ਸ਼ਹੀਦ ਕੀਤਾ ਸੀ ਇਹ ਵੀ ਇਸਲਾਮ ਦੇ ਮੁਤਾਬਕ ਹੀ ਹੋਇਆ ਹੈ ਤੇ ਹੋਰ ਜੋ ਪਾਕਿਸਤਾਨ ਦੇ ਵਿੱਚ ਕੁੱਟ-ਕਟਾਈਆਂ ਤੇ ਤਬਾਹੀ ਕਰ ਛੜੀ ਜੇ ਹਰ ਪਾਸੇ ਜੋ ਲੋਕਾਂ ਕੋਲੋਂ ਪ੍ਰੈਸ ਕਾਨਫਰੰਸਾਂ ਅਗਵਾ ਬਰਾਏ ਬਿਆਨ ਸੀ ਤੇ ਲੋਕਾਂ ਨੂੰ ਜੋ ਕੁਝ ਹੋਇਆ ਉਹ ਸਾਰਾ ਕੁਝ ਇਹ ਦੱਸੋ ਵੀ ਉਹ ਸਾਰਾ ਕੁਝ ਜਿਹੜਾ ਉਹ ਇਸਲਾਮ ਦੇ ਮੁਤਾਬਕ ਹੀ ਹੋਇਆ ਹੈ ਜਾਂ ਕੋਈ ਗੈਰ-ਇਸਲਾਮੀ ਕੰਮ ਵੀ ਉਹਦੇ 'ਚ ਤੇ ਇਹ ਇਸਲਾਮ ਨੇ ਕਿਹੜੀ ਥਾਂ ਤੇ ਦੱਸਿਆ ਇਹ ਸਾਨੂੰ ਵੀ ਦੱਸ ਦਿਓ ਵੀ ਜੇ ਕੋ ਫਾਰਮ 45 ਤੇ ਹਾਰ ਜਾਏ ਤੇ ਉਹਨੂੰ ਫਾਰਮ 47 ਤੇ ਜਿਤਾਉਣਾ ਹੈ ਤੇ ਫਿਰ ਉਹ ਆਪ ਆਖਦਾ ਫਿਰੇ ਹੁਣ ਨਵਾਜ਼ ਸ਼ਰੀਫ ਜਿਹੜਾ ਜਿੱਤਿਆ ਫਾਰਮ 47 ਤੇ ਉਹ ਆਂਦਾ ਫਿਰਦਾ ਹੈ ਵੀ ਮੈਂ ਆਵਾਮ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਵਾਂ ਵੀ 47 ਵਾਲਾ ਮੂੰਹ ਲੈ ਕੇ ਜਾਣਾ ਨਵਾਜ਼ ਸ਼ਰੀਫ ਸਾਹਿਬ 45 ਵਾਲਾ ਤੇ ਕਰਨਾ ਇਹ ਉਹਨਾਂ 47 ਮਾਡਲ ਜੇ ਤੁਸੀਂ ਉਹ ਇੱਕ 47 ਬੰਦੂਕ ਵੀ ਹੁੰਦੀ ਸੀ ਤੇ ਕੱਢ ਲਓ 47ਆਂ ਚੇਤੇ ਹੋਏਗਾ ਤੁਹਾਨੂੰ ਦਿਨਾਲੀ ਵੀ ਹੁੰਦੀ ਸੀ ਤੇ 47 ਵੀ ਹੁੰਦੀ ਸੀ ਹੁਣ 47 ਮਾਰੀ ਹੈ ਸਾਨੂੰ ਇਹਨਾਂ ਨੇ ਤੇ ਬਹਰਲ ਕਹਿਣ ਦਾ ਮਤਲਬ ਹੈ ਕਿ ਉਹਨਾਂ ਬੜਾ ਬੜਾ ਚੰਗਾ ਸਵਾਲ ਕੀਤਾ ਵੈਸੇ ਤੇ ਆਰਮੀ ਚੀਫ ਸਾਹਿਬ ਨੂੰ ਵੀ ਇਹ ਜੋ ਕੁਝ ਹੋ ਗਿਆ ਹੈ ਲੋਕਾਂ ਨੂੰ ਨੰਗੇ ਕਰ ਕਰ ਕੁੱਟਣਾ ਇਹ ਹੁਣ ਪੁਲਿਸ ਵਾਲਿਆਂ ਨੇ ਜਿਵੇਂ ਨੰਗਾ ਕਰਕੇ ਕੁੱਟਿਆ ਇਹ ਵੀ ਮੈਨੂੰ ਲੱਗਦਾ ਵੀ ਕੋਈ ਐਨ ਇਸਲਾਮੀ ਕਾਮੀ ਹੋਇਆ ਜਨਾਬ ਲੇਕਿਨ ਚਲੋ ਸਾਨੂੰ ਵੀ ਦੱਸ ਦਿਓ ਚਾਨਣ ਪਾ ਦਿਓ ਥੋੜਾ ਜਿਆਦਾ ਅਗੇ ਅਸੀਂ ਅਸੀਂ ਬੈਤ ਕਰ ਲਈਏ ਇਸ ਗੱਲ ਤੇ ਵੀ ਇਸਲਾਮ ਦੇ ਵਿੱਚ ਇਹ ਕਿੱਥੇ ਲਿਖਿਆ ਹੈ ਕਿ ਇਹ ਕੰਮ ਸਾਰੇ ਇੰਜ ਕਰਨੇ ਨੇ ਠਾਲਿਆਂ 'ਚ ਵੜ ਕੇ ਉੱਥੇ ਪੁਲਿਸ ਵਾਲਿਆਂ ਨੂੰ ਨੰਗੇ ਕਰਕੇ ਕੁੱਟਣਾ ਤੇ ਪੁੜਿਆਂ ਦੇ ਟੀਕੇ ਲਾ ਦੇਣੇ ਨੇ ਤੇ ਉਹ ਵਿਚਾਰੇ ਰੋਂਦੇ ਫਿਰਨ ਦੱਸਣ ਵੀ ਜੇ ਸਾਨੂੰ ਟੀਕਾ ਲਾਤਾ ਹੈ ਤੇ ਇਹ ਕੰਮ ਜਿਹੜਾ ਹੈ ਮਾੜਾ ਹੈ ਇਹ ਚੰਗਾ ਨਹੀਂ ਅੱਛਾ ਜੀ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਖਬਰ ਹੈਗੀ ਹੈ ਜੀ ਕਿ ਜਿਹੜਾ ਕੋਰ ਕਮਾਂਡਰ ਮੰਗਲਾ ਡੈਮ ਮੰਗਲਾ ਨੂੰ ਆਂਦੇ ਨੇ ਕੋਰ ਕਮਾਂਡਰ ਮੰਗਲਾ ਜਿਹੜੀ ਕੋਰ ਹੈ ਉਹਦੇ ਜਿਹੜੇ ਕੋਰ ਕਮਾਂਡਰ ਸਾਹਿਬ ਸਨ ਲੈਫਟਨੈਂਟ ਜਨਰਲ ਈਮਾਨ ਬਿਲਾਲ ਸਫਦਰ ਉਹਨਾਂ ਦਾ ਨਾਂ ਸੀ ਉਹਨਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਮਤਲਬ ਖਬਰ ਤੇ ਟੀਵੀ ਤੇ ਇਹ ਆਈ ਕਿ ਉਹਨਾਂ ਨੇ ਵਕਤ ਤੋਂ ਪਹਿਲਾਂ ਅਪਾਇੰਟਮੈਂਟ ਲੈ ਲਈ ਹੈ ਤੇ ਮੈਂ ਪਿਛਲੇ ਦੂਜੇ ਵੀਲਾ ਗੁਰਦੁਸ਼ ਵੀ ਇਹ ਗੱਲ ਕੀਤੀ ਵੀ ਇੱਥੇ ਤੇ ਪਟਵਾਰੀ ਲੱਗਾ ਹੋਵੇ ਨਾ ਕੋਈ ਆਂਦੀ ਤੂੰ ਕਾਹਦਾ ਪਟਵਾਰੀ ਵੀ ਮੁੰਡਾ ਮੇਰਾ ਰੋਵੇ ਅੰਬ ਨੂੰ ਇਹ ਗੱਲ ਕਿਸ ਦਿਨ ਫੇਰ ਸਮਝਾਵਾਂਗਾ ਪੂਰੀ ਲੇਕਿਨ ਗੱਲ ਇਹ ਕਿ ਇੱਥੇ ਤੇ ਕੋਈ ਪਟਵਾਰੀ ਲੱਗਾ ਹੋਵੇ ਤੇ ਉਹ ਨਹੀਂ ਛੱਡਦਾ ਉਹ ਥਾਂ ਇੱਥੇ ਮੁੰਸ਼ੀ ਲੱਗਾ ਹੋਵੇ ਨਾ ਥਾਣੇ ਦਾ ਐਸ.ਐਚ.ਓ ਨਹੀਂ ਛੱਡੋ ਜਿਹੜਾ ਮੁੰਸ਼ੀ ਲੱਗਾ ਹੋਵੇ ਉਹ ਪਿਛਲੇ 10-10 ਸਾਲਾਂ ਤੋਂ ਮੁੰਸ਼ੀ ਲੱਗਾ ਆਉਂਦਾ ਰੁਪਈਏ ਪੈਸੇ ਦੇ ਕੇ ਉਹਦੀ ਗੱਲ ਹੈ ਵੀ ਉੱਥੇ ਕੋਈ 4 ਪੈਸੇ ਬਣ ਜਾਂਦੇ ਨੇ ਤੇ ਮੈਨੂੰ ਦੱਸੋ ਵੀ ਕੋਰ ਕਮਾਂਡਰ ਬੰ ਇਹ ਆਰਮੀ ਚੀਫ ਬਣਨ ਦਾ ਵੀ ਚਾਂਸ ਹੈ ਜਿਹੜਾ ਹੁਣ 2025 ਦੇ ਵਿੱਚ ਆਰਮੀ ਚੀਫ ਬਣਨਾ ਹੈ ਨਵਾਂ ਆਰਮੀ ਚੀਫ ਪਤਾ ਨਹੀਂ ਬਣਨਾ ਹੈ ਕਿ ਨਹੀਂ ਬਣਨਾ ਕਿਉਂਕਿ ਸਾਨੂੰ ਤੇ ਲੱਗਦਾ ਇਹ ਵਾਲੇ ਆਰਮੀ ਚੀਫ ਨੇ ਐਕਸਟੈਂਸ਼ਨ ਲੈ ਜਾਣੀ ਜਿਵੇਂ ਕੰਮ ਚੱਲ ਰਹੇ ਨੇ ਲੇਕਿਨ ਬਾਰ ਲੇਕਰ ਨਵਾਂ ਆਰਮੀ ਚੀਫ ਆਵੇ ਤੇ ਉਹਦੇ ਵਿੱਚ ਹੀਮਾਨ ਬਿਲਾਲ ਸਫਦਰ ਸਾਹਿਬ ਜਿਹੜੇ ਲੈਫਟ ਹੰਡਰ ਜਨਰਲ ਸਨ ਇਹਨਾਂ ਦਾ ਨਾਮ ਹੀ ਕੋਰ ਕਮਾਂਡਰ ਸਾਹਿਬ ਦਾ ਸੀ ਤੇ ਬੰਦੇ ਨੂੰ ਹੋਵੇ ਵੀ ਬੰਦੇ ਨੇ ਆਰਮੀ ਚੀਫ ਵੀ ਬਣ ਜਾਣਾ ਤੇ ਉਹ ਕਿਵੇਂ ਪਹਿਲਾਂ ਰਿਟਾਇਰਮੈਂਟ ਲੈ ਲੇਗਾ ਇਹ ਇਹ ਗੱਲ ਏਡੀ ਸਾਦਾ ਤੇ ਨਹੀਂ ਗੱਲ ਤੇ ਵੀ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਕੱਢਿਆ ਗਿਆ ਲੇਕਿਨ ਉਹਨਾਂ ਨੂੰ ਇਹ ਆਪਸ਼ਨ ਦਿੱਤਾ ਹੈ ਵੀ ਚਲੋ ਤੁਹਾਨੂੰ ਕੱਢਦੇ ਨਹੀਂ ਦਰਖਾਸਤ ਲਿਖੋ ਕਿ ਜੀ ਮੈਨੂੰ ਛੁੱਟੀ ਦੇ ਦਿਓ ਤੇ ਮੈਂ ਆਪਣੀ ਮਰਜ਼ੀ ਨਾਲ ਜਾ ਰਿਹਾ ਹਾਂ ਤੇ ਇਹ ਕੰਮ ਕਰਾ ਕੇ ਤੇ ਉਹਨਾਂ ਖਬਰ ਦੇ ਦਿੱਤੀ ਹੈ ਪਰ ਮਾੜੀ ਖਬਰ ਹੈ ਇਸ ਤੋਂ ਪਹਿਲਾਂ ਚੇਤੇ ਹੋਏਗਾ ਤੁਹਾਨੂੰ ਸੁਪਰੀਮ ਕੋਰਟ ਦਾ ਜੱਜ ਜਿਨਨੇ ਕਾਜ਼ੀ ਸਾਹਿਬ ਤੋਂ ਬਾਅਦ ਚੀਫ ਜਸਟਿਸ ਬਣਨਾ ਸੀ ਜਸਟਿਸ ਜਿਹੜੇ ਇੱਕ ਤੇ ਮਜ਼ਾਰ ਅਲੀ ਨਕਵੀ ਸਾਹਿਬ ਸਾਣਾ ਉਹ ਤੇ ਹੈ ਹੀ ਹੈ ਸਨ ਤੁਹਾਨੂੰ ਚੇਤੇ ਉਹਨਾਂ ਨੂੰ ਤੇ ਜੁਡੀਸ਼ੀਅਲ ਕਾਉਂਸਲ ਦੇ ਵਿੱਚ ਪਾ ਦਿੱਤਾ ਸੀ ਲੇਕਿਨ ਇੱਕ ਜਸਟਿਸ ਇਜਾਜ਼ੁਲ ਐਸਮ ਸਾਹਿਬ ਵੀ ਸਨ ਉਹ ਜਸਟਿਸ ਇਜਾਜ਼ੁਲ ਐਸਮ ਸਾਹਿਬ ਨੇ ਅਗਲਾ ਚੀਫ ਜਸਟਿਸ ਬਣਨਾ ਸੀ ਤੇ ਉਹਨਾਂ ਨੂੰ ਵੀ ਫਾਰਕ ਕੀਤਾ ਸੀ ਤੇ ਇਹ ਜਿਹਨਾਂ ਅਗਲਾ ਆਰਮੀ ਚੀਫ ਬਣ ਸਕਦੇ ਸਨ ਇਹਨਾਂ ਨੂੰ ਵੀ ਫਾਰਕ ਕਰਤਾ ਤੇ ਇਹ ਖਬਰ ਸੀ ਅੱਛਾ ਜੀ ਅਗਲੀ ਖਬਰ ਤੁਹਾਨੂੰ ਦੇਣੀ ਟ੍ਰੇਨ ਦੇ ਵਿੱਚ ਜਿਹੜਾ ਹਾਦਸਾ ਹੋਇਆ ਮਿੱਲਤ ਐਕਸਪ੍ਰੈਸ ਉਹ ਬੜਾ ਹੀ ਬੇਸ਼ਰਮੀ ਦਾ ਕੰਮ ਹੋਇਆ ਉਹ ਤੁਹਾਨੂੰ ਚੇਤੇ ਹੈ ਕਿ ਪਿਛਲੇ ਦਿਨੋਂ ਖਬਰ ਆਈ ਸੀ ਜੇ ਨਹੀਂ ਤਾਂ ਤੁਹਾਨੂੰ ਦੱਸ ਦਿੰਨੇ ਵੀ ਟ੍ਰੇਨ ਦੀ ਇੱਕ ਵੀਡੀਓ ਆਈ ਜਿਹੜੀ ਇੱਥੇ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਉਹਦੇ ਵਿੱਚ ਬੜੇ ਬੜੇ ਭੈੜੇ ਸੀਨ ਨੇ ਤੇ YouTube ਅਲਾਉ ਨਹੀਂ ਕਰਦਾ ਇੱਕ ਪੁਲਿਸ ਵਾਲਾ ਜਿਹੜਾ ਉਹ ਟ੍ਰੇਨ ਦੇ ਵਿੱਚ ਬੈਠੀ ਇੱਕ ਔਰਤ ਮਾਂ ਹੈ ਬੈਠੀ ਉਹਦੇ ਨਾਲ ਦੋ ਬੱਚੇ ਨੇ ਉਹਦੇ ਜਵਾਨ ਕੁੜੀ ਹੈ ਉਹਦੇ ਨਾਲ ਦੋ ਬੱਚੇ ਨੇ ਉਹਦੇ ਤੇ ਉਹ ਉਹਨੂੰ ਇੰਜ ਮਾਰ ਰਿਹਾ ਚਪੇੜਾ ਮਾਰ ਰਿਹਾ ਤੇ ਕਸਨ ਮਾਰ ਰਿਹਾ ਤੇ ਲੱਤਾਂ ਮਾਰ ਰਿਹਾ ਤੇ ਉਹਨੇ ਇੰਜ ਮਾਰਿਆ ਗਰੀਬ ਦੀ ਧੀ ਨੂੰ ਕਿ ਰਹੀ ਗੱਲ ਕੋਈ ਨਹੀਂ ਤੇ ਲੱਗੇ ਐਡੇ ਸਾਰੇ ਬਿਸ਼ਰਮ ਮਰਦ ਐਡੀਆਂ-ਐਡੀਆਂ ਡਿਆਂ ਵਾਲੇ ਜਿਹੜੇ ਨੇ ਉਖਲੋਤੇ ਨੇ ਬਿਸ਼ਰਮ ਤੇ ਕੋਈ ਨਾ ਉਹਨੂੰ ਛਡਾ ਰਿਹਾ ਤੇ ਨਾ ਕੋਈ ਗੱਲ ਕਰ ਰਿਹਾ ਤੇ ਨਾ ਕੋਈ ਬਾਤ ਤੇ ਉਹ ਔਰਤ ਨੂੰ ਮਾਰ-ਮਾਰ ਉਹਨੇ ਪੇਂਜਾ ਕੱਢ ਦਿੱਤਾ ਅੱਛਾ ਇਹ ਤੇ ਵੀਡੀਓ ਆਈ ਅਸੀਂ ਸਾਰਿਆਂ ਨੇ ਲਾਂਤਾਂ ਉਹਦੀ ਕੀਤੀ ਤੇ ਉਹ ਗੱਲ ਮੁੱਕ ਗਈ ਉਸ ਤੋਂ ਬਾਅਦ ਹੁਣ ਨਵੀਂ ਗੱਲ ਪਤਾ ਲੱਗੀ ਏ ਕਿ ਬਾਵਲਪੁਰ ਤੋਂ ਅਗਲੇ ਪਾਸੇ ਲਿਆਕਤਪੁਰ ਦੇ ਨਾਲ ਟ੍ਰੇਨ ਸਟੇਸ਼ਨ ਹੈ ਚੰਨੀਗੋਟ ਉਹਦੇ ਲਾਗੇ ਇਹ ਮਿੱਲਤ ਐਕਸਪ੍ਰੈਸ ਟ੍ਰੇਨ ਦਾ ਰੌਲਾ ਹੈ ਸਾਰਾ ਉਹਦੇ ਵਿੱਚੋਂ ਉਸ ਬੀਬੀ ਨੂੰ ਜਿਹਦਾ ਨਾਮ ਮਰੀਮ ਬੀਬੀ ਸੀ ਔਰ ਉਹ ਜੜਾ ਵਾਲੇ ਤਹਿਸੀਲ ਦੀ ਰਹਿਣ ਵਾਲੀ ਸੀ ਫੈਸਲਾਬਾਦ ਦੀ ਉਹ ਵਿਚਾਰੀ ਉਥੇ ਕਰਾਚੀ ਦੇ ਕਿਸੇ ਬਿਊਟੀ ਪਾਰਲਰ 'ਚ ਕੰਮ ਕਰਦੀ ਸੀ ਮਜ਼ਦੂਰੀ ਕਰਦੀ ਸੀ ਆਪਣੇ ਬੱਚਿਆਂ ਦਾ ਪੇਟ ਪਾਲਦੀ ਸੀ ਤੇ ਦੋ ਬੱਚਿਆਂ ਦੇ ਨਾਲ ਆਪਣੇ ਮਾਪਿਓ ਦੇ ਕੋਲ ਈਦ ਗੁਜ਼ਾਰਨ ਆਉਣ ਦੇ ਸੀ ਈਦ ਦੀਆਂ ਛੁੱਟੀਆਂ ਤੇ ਤੇ ਹੁਣ ਉਹਦੀ ਲਾਸ਼ ਲੱਭੀ ਹੈ ਚੰਨੀ ਗੋਠ ਦੇ ਲਾਗੂ ਤੇ ਪਤਾ ਇਹ ਲੱਗਾ ਹੈ ਵੀ ਉਹਨੂੰ ਟ੍ਰੇਨ ਦੇ ਉੱਤੋਂ ਚੱਲਦੀ ਟ੍ਰੇਨ ਤੋਂ ਧੱਕਾ ਦੇ ਕੇ ਸੁੱਟਿਆ ਲੇਕਿਨ ਉਸ ਤੋਂ ਪਹਿਲਾਂ ਤਸ਼ੱਦਦ ਕੀਤਾ ਤੇ ਉਹ ਉਹਦੀ ਇੱਜ਼ਤ ਵੀ ਲੁੱਟੀ ਹੈ ਹਾਂਜੀ ਇਹ ਮੈਨੂੰ ਤਕਲੀਫ ਹੋ ਰਹੀ ਤੁਹਾਨੂੰ ਗੱਲ ਦਿਆਂ ਲੇਕਿਨ ਸ਼ਾਬਾਸ਼ ਹੈ ਬਈ ਬਸ਼ਰਮੋ ਤੁਹਾਡੇ ਨਾਲ ਦਾ ਵੀ ਹੈ ਕੋਈ ਨਹੀਂ ਪੁਲਿਸ ਵਾਲਿਓ ਤੁਹਾਨੂੰ ਉਧਰ ਲਿੱਤਰ ਪੈ ਰਹੇ ਸਨ ਬਾਵਲਨਗਰ ਤੇ ਪੂਰੀ ਕੌਮ ਨੇ ਤਾਂ ਆਖਿਆ ਵੀ ਤੁਹਾਡੇ ਨਾਲ ਜ਼ਿਆਦਤੀ ਹੋਈ ਲੇਕਿਨ ਆਪਣੀਆਂ ਬਸ਼ਰਮੀਆਂ ਵੇਖੋ ਕੀ ਕਰਦੇ ਜਰੋਜ਼ ਬਾਰਾ ਲੋ ਉਹ ਜੱਜ ਸਾਹਿਬ ਦਾ ਪਤਾ ਲੱਗਾ ਵੀ ਉਹਨਾਂ ਪਤਾ ਨਹੀਂ 50000 ਰੁਪਏ ਦੀ ਮਚਲਕਿਆਂ ਦੇ ਉੱਤੇ ਜ਼ਮਾਨਤ ਵੀ ਦੇ ਛੜੀ ਉਹਦੀ ਤੇ ਉਹ ਮਾਪਿਆਂ ਦੀ ਧੀ ਜਿਹੜੀ ਸੀ ਉਹ ਜਾਂਦੀ ਰਹੀ ਕਿ ਉਹ ਗਰੀਬ ਦੀ ਧੀ ਜੂ ਸੀ ਕਿਸੇ ਤਗੜੇ ਦੀ ਹੁੰਦੀ ਇੱਥੇ ਮੇਰੀ ਗੱਲ ਨੂੰ ਗਲਤ ਨਹੀਂ ਸਮਝਣਾ ਉਹ ਵੀ ਗੱਲ ਗਲਤ ਸੀ ਮੈਂ ਬਾਰ-ਬਾਰ ਆਖਾਂਗਾ ਉਹ ਵੀ ਗਲਤ ਸੀ ਲੇਕਿਨ ਵੇਖੋ ਇਸ ਗੱਲ ਦਾ ਉਹਨਾਂ ਰੌਲਾ ਨਹੀਂ ਪਿਆ ਇਸ ਗੱਲ ਤੇ ਨਾ ਮੋਬੱਤੀਆਂ ਬਲਣੀਆਂ ਨੇ ਨਾ ਤਾਂ ਰੌਲਾ ਪੈਣਾ ਲੇਕਿਨ ਕਿਸੇ ਤਗੜੇ ਦੀ ਧੀ ਦੇ ਨਾਲ ਕੋਈ ਇਹੋ ਜਿਹਾ ਕੰਮ ਹੋ ਜਾਏ ਨਾ ਚੇਤਾ ਕਰੋ ਇੱਕ ਉਹ ਵਾਕਿਆ ਉਹ ਵੀ ਭੜਾ ਹੋਇਆ ਸੀ ਔਰ ਉਹਦੇ ਤੇ ਰੌਲਾ ਪੈਣਾ ਚਾਹੀਦਾ ਸੀ ਬਿਲਕੁਲ ਪਹਿਣਾ ਚਾਹੀਦਾ ਸਹੀ ਪਿਆ ਸੀ ਉਹ ਜਿਹੜਾ ਸਾਡੇ ਜ਼ਮਾਨੇ ਚ ਮੋਟਰਵੇ ਦੇ ਉੱਤੇ ਇੱਕ ਇੱਕ ਭੈਣ ਦੇ ਨਾਲ ਜਿਹੜੀ ਜ਼ਿਆਤੀ ਕੀਤੀ ਗਈ ਸੀ ਚੇਤਾ ਹੋਏਗਾ ਤੁਹਾਨੂੰ ਕੇਸ ਦਾ ਉਹਦੇ ਤੇ ਬਿਲਕੁਲ ਠੀਕ ਰੌਲਾ ਪਿਆ ਸੀ ਔਰ ਪਹਿਣਾ ਚਾਹੀਦਾ ਸੀ ਪਰ ਮੈਂ ਆਨਾ ਵੀ ਇਹਦੇ ਤੇ ਵੀ ਪਹਿਣਾ ਚਾਹੀਦਾ ਹੈ ਇਹ ਵੀ ਕਿਸੇ ਦੀ ਧੀ ਹੈ ਪਰ ਰੌਲਾ ਇਹ ਹੈ ਵੀ ਉਹ ਕਿਉਂਕਿ ਕਿਸੇ ਜ਼ਰਾ ਤਗੜੇ ਦੀ ਧੀ ਸੀ ਤੇ ਉਹ ਰੌਲਾ ਪੈ ਗਿਆ ਪਹਿਣਾ ਚਾਹੀਦਾ ਸੀ ਉੱਤੇ ਵੀ ਇਹ ਮਾੜੇ ਦੀ ਇਹਦੇ ਤੇ ਕੋਈ ਕੋ ਨਹੀਂ ਡਿਆ ਬੋਲਣ ਨਹੀਂ ਡਿਆ ਤੇ ਇਹਦੇ ਤੇ ਵੀ ਬੋਲੋ ਬੇਸ਼ਰਮੋ ਇਹ ਵੀ ਕਿਸੇ ਦੀ ਧੀ ਸੀ ਇਹਦੇ ਨਾਲ ਵੀ ਜ਼ੁਲਮ ਹੋਇਆ ਤੇ ਲੋ ਜੀ ਮੈਨੂੰ ਹੁਣ ਇਜਾਜ਼ਤ ਦਿਓ Imran Khan ਆਸਤੇ ਦੁਆਵਾ ਕਰਨੀ ਹੈ ਜੇ ਕਿਉਂਕਿ ਤੁਹਾਡੇ ਆਸਤੇ ਦੁਆਵਾ ਕਰਦਾ ਤੇ Imran Khan ਆਸਤੇ ਨਾਲ ਤੁਸੀਂ ਜੁੜੇ ਰਹਿਣਾ ਜਿਹੜੀ ਵੀ ਗੱਲ ਇਸ ਵੇਲੇ ਪਾਕਿਸਤਾਨ ਦੀ ਹੈ ਉਹ Imran Khan ਦੇ ਨਾਲ ਹੀ ਹੈ ਤੇ ਮੈਨੂੰ ਹੁਣ ਦਿਓ ਇਜਾਜ਼ਤ ਤੇ ਰੱਬ ਰੱਖਾ